ਵੀਰ ਜੀ ਹੁਣ ਮੇਰੀ ਬਾਜ਼ਾਰ ਤੋਂ ਪੁੱਛਿਓ ਲੋ ਹੀ ਚੱਕ ਦਾਂਗੇ ਫੱਟੇ ਬਿਲਕੁਲ ਆਸਾਨ ਬਾਜ਼ਾਰ ਤੋਂ ਪਾਉਂਗੀ ਮੈਨੂੰ ਪਤਾ ਕਿੰਨੀ ਕਿ ਆਸਾਨ ਹੋਊਗੀ ਮੇਰੀ ਬਾਜ਼ਾਰ ਬਿਲਕੁਲ ਆਸਾਨ ਹੁੰਦੀ ਹੈ ਸੋਡੀਆਂ ਬਾਜ਼ਾਰ ਤੋਂ ਹੁੰਦੀ ਹੈ ਜਿਹੜੀ ਔਖੀ ਹੁੰਦੀ ਹੈ ਥੋੜੀ ਜਿਹੀ ਅੱਛਾ ਫੇਰ ਚੜਾਈ ਹੈ ਫਿਰ ਤਾਂ ਸੋ ਪਾਮਾ ਵੀਰ ਜੀ ਆ ਪੁੱਛੋ ਪੁੱਛੋ ਜੀ ਆਈ ਸੀ ਪਰ ਦੇਖੀ ਨਹੀਂ ਆਈ ਸੀ ਪਰ ਦੇਖੀ ਨਹੀਂ ਅੱਗੇ ਬਸ ਜੀ ਇੰਨੀ ਆਈ ਸੀ ਪਰ ਦੇਖੀ ਨਹੀਂ ਇਹ ਕੋਈ ਬੁਝਾਰਤ ਸੁਣਨਾ ਹੋਈ ਤਾਂ ਸ਼ਰਾਰਤ ਹੈ ਨਾ 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 ਬੁਝਾਰਤ ਆ ਸੱਚੀ ਨਹੀਂ 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 ਭਾਈ ਕਮੈਂਟ ਕਰਕੇ ਦੱਸੋ ਆ ਬੁਝਾਰਤ ਹੈ ਕੋਈ ਆਈ ਸੀ ਪਰ ਦੇਖੀ ਨਹੀਂ ਗੱਲ ਕੋਈ ਹੋਈ ਹੋਈ ਮਤਲਬ ਇਹੀ ਬੁਝਾਰਤ ਹੈ ਪੱਕਾ ਬਿਲਕੁਲ ਆਰ ਯੂ ਸ਼ੋਰ ਬਿਲਕੁਲ ਠੀਕ ਹੈ ਜੀ ਆਈ ਸੀ ਪਰ ਦੇਖੀ ਨਹੀਂ ਕਮੈਂਟ ਕਰਕੇ ਦੱਸੋ ਜੀ ਇਹਦਾ ਮਤਲਬ ਕੀ ਹੈ ਸੋ ਆਈ ਸੀ ਪਰ ਦੇਖੀ ਨਹੀਂ ਮੈਨੂੰ ਜੋ ਲੱਗਦਾ ਜੀ ਇਹਦਾ ਮਤਲਬ ਹੈ ਮੌਤ ਕਿਉਂਕਿ ਮੌਤ ਸਾਰਿਆਂ ਨੂੰ ਆਉਂਦੀ ਹੈ ਦੇਖਦਾ ਕੋਈ ਵੀ ਨਹੀਂ ਹਾਂਜੀ ਇਹ ਵੀ ਹੈਗਾ ਹਮੇਸ਼ਾ ਹਰ ਇੱਕ ਨੂੰ ਤਾਂ ਨਹੀਂ ਇਦਾਂ ਆਉਂਦੀ ਮੌਤ ਮੌਤ ਤਾਂ ਹਰ ਕੇ ਸ਼ੁਰੂ ਹੁੰਦੀ ਹੈ ਆਉਂਦੀ ਤਾਂ ਹੈਗੀ ਪਰ ਇੱਕੋ ਜੀ ਮੌਤ ਤਾਂ ਨਹੀਂ ਆਉਂਦੀ ਹਾਂ ਇਹ ਵੀ ਗੱਲ ਠੀਕ ਹੈ ਕਈ ਨੂੰ ਪਤਾ ਹੁੰਦਾ ਕਿ ਹਾਂ ਵੀ ਮੈਂ ਮਰਨ ਵਾਲਾ ਮੈਨੂੰ ਬਚਾ ਲਓ ਲੇਕਿਨ ਉਹ ਵੀ ਨਹੀਂ ਬਸਾ ਤਾਂ ਕਿ ਪਰਮਾਤਮਾ ਨੇ ਲਿਖਿਆ ਹੋਇਆ ਇਹਦਾ ਮਤਲਬ ਕੁਝ ਹੋਰ ਜਵਾਬ ਹੈ ਓਕੇ ਇਹ ਦੱਸੋ ਖਾਣ ਪੀਣ ਦੀ ਚੀਜ਼ ਹੈ ਨਹੀਂ ਨਹੀਂ ਕੀ ਚੀਜ਼ ਜਿਵੇਂ ਤੁਹਾਨੂੰ ਮੌਤ ਕਿਹਾ ਨਾ ਆਉਂਦੀ ਹੈ ਇਦਾਂ ਹੀ ਆ ਅੱਛਾ ਪਰ ਆਪਾਂ ਦੇਖਦੇ ਨਹੀਂ ਹੈਗੇ ਜਿਵੇਂ ਮੌਤ ਕਿਹਾ ਆਉਂਦੀ ਹੈ ਯਾਨੀ ਕਿ ਜਿਹਨੂੰ ਆਉਂਦੀ ਆ ਉਹ ਵੀ ਨਹੀਂ ਦੇਖਦਾ ਮਤਲਬ ਜਿਹੜੀ ਜਿਹਨੂੰ ਆਉਂਦੀ ਉਹਨੂੰ ਵੀ ਨਹੀਂ ਪਤਾ ਲੱਗਦਾ ਉਹ ਵੀ ਨਹੀਂ ਪਤਾ ਲੱਗਦਾ ਓਕੇ ਆਈ ਸੀ ਪਰ ਦੇਖੀ ਪਰ ਦੇਖੀ ਨਹੀਂ ਹਰ ਕਿਸ ਨੂੰ ਆਉਂਦੀ ਹੈ ਪੱਕਾ ਪੱਕਾ ਫਿਰ ਵੈ ਤਾਂ ਬੁਝ ਲਈ ਨੀਂਦ ਓ ਕਿਉਂਕਿ ਨੀਂਦ ਹਰ ਕਿਸੇ ਨੂੰ ਆਉਂਦੀ ਹੈ ਠੀਕ ਹੈ ਜੀ ਔਰ ਕੋਈ ਦੇਖ ਨਹੀਂ ਸਕਦਾ ਔਰ ਮੌਤ ਦੀ ਭੈਣ ਹੀ ਹੈ ਮੌਤ ਵਰਗੀ ਹੈ ਸਿੱਧੀ ਜੀ ਗੱਲ ਕਿ ਬੰਦਾ ਸੁੱਤਾ ਇੱਕ ਦਿਨ ਸੁੱਤਾ ਹੀ ਰਹਿ ਜਾਂਦਾ ਠੀਕ ਹੈ ਇਸ ਕਰਕੇ ਬਈ ਨਾਮ ਜਪਿਆ ਕਰੋ ਠੀਕ ਹੈ ਜੀ ਜੇ ਕਿਤੇ ਭਵ ਸਾਗਰ 'ਚ ਪਾਰ ਹੋ ਜਾਓਗੇ ਵੀ ਬੇੜਾ ਪਾਰ ਹੋ ਜਾਏਗਾ ਸਾਨੂੰ ਵੀ ਲੋਕੀ ਕਹਿੰਦੇ ਨੇ ਵੀ ਚਾਹੀਦੀ ਗੱਲਾਂ ਪੁੱਛ ਲਿਆ ਕਰੋ ਬਿਲਕੁਲ ਭਾਈ ਚਾਹੀਦੀ ਗੱਲਾਂ ਹੀ ਪੁੱਛੀਆਂ ਹੋਈਆਂ ਨੇ ਵੀਡੀਓ ਜਾ ਕੇ ਦੇਖੋ ਸਹੀ ਉਹਨੂੰ ਤੁਸੀਂ ਦੇਖਦੇ ਨਹੀਂ ਅਸੀਂ ਕੀ ਕਰ ਸਕਦੇ ਹਾਂ ਸੋ ਭੈਣ ਜੀ ਅਗਲਾ ਤੁਸੀਂ ਦੱਸੋ ਜੀ ਤੁਸੀਂ ਬੋਲੋ ਜੀ ਮੈਂ ਪੁੱਛਾਂ ਲੋ ਜੀ ਮੈਂ ਪੁੱਛਦਾ ਜੀ ਸੁਣੋ ਧਿਆਨ ਨਾਲ ਮੇਰੀ ਭਾਵ ਲਈ ਬੜੀ ਔਖੀ ਹੈ ਬੜੀ ਮਿਸਤਾਸ ਕਰਕੇ ਪਹਿਲੀ ਲੈ ਕੇ ਆਇਆ ਬੁਝਾਰਤ ਲੈ ਕੇ ਆਇਆ ਜੀ ਠੀਕ ਹੈ ਜੀ ਮੈਨੂੰ ਪਤਾ ਕੋਈ ਜਵਾਬ ਨਹੀਂ ਦੇ ਪਾਏਗਾ ਮੈਂ ਦੇਵਾਂਗੀ ਤੁਸੀਂ ਦੇਵੋਗੇ ਚਲੋ ਠੀਕ ਹੈ ਮੈਂ ਵੀ ਅਸੀਂ ਵੀ ਮਾਵਾਂ ਤੀਆਂ ਅੱਛਾ ਤੁਸੀਂ ਵੀ ਮਾਵਾਂ ਤੀਆਂ ਤੁਸੀਂ ਵੀ ਮਾਵਾਂ ਤੀਆਂ ਅਸੀਂ ਵੀ ਮਾਵਾਂ ਤੀਆਂ ਤੁਸੀਂ ਵੀ ਮਾਵਾਂ ਤੀਆਂ ਠੀਕ ਹੈ ਚਲੋ ਬਾਗ ਚੱਲੀਏ ਤਿੰਨ ਅੰਬ ਤੋੜ ਕੇ ਲਈਏ ਕੱਲਾ ਕੱਲਾ ਛਕੀਏ ਮਤਲਬ ਤਿੰਨ ਅੰਬ ਤੋੜ ਕੇ ਲਿਆਈਏ ਹਾਂਜੀ ਅਸੀਂ ਵੀ ਮਾਵਾਂ ਤੀਆਂ ਤੁਸੀਂ ਵੀ ਮਾਵਾਂ ਤੀਆਂ ਚਲੋ ਬਾਗ ਚੱਲੀਏ ਬਾਗ ਯਾਨੀ ਖੇਤ ਠੀਕ ਹੈ ਬਾਗ ਚੱਲੀਏ ਤਿੰਨ ਅੰਬ ਤੋੜ ਕੇ ਲਿਆਈਏ ਕੱਲਾ ਕੱਲਾ ਛਕੀਏ ਦੱਸੋ ਜੀ ਕੀ ਹੈ ਅਸੀਂ ਵੀ ਮਾਵਾਂ ਤੀਆਂ ਤੁਸੀਂ ਵੀ ਮਾਵਾਂ ਤੀਆਂ ਹੈ ਚਲੋ ਬਾਗ ਚੱਲੀਏ ਹਾਂਜੀ ਤਿੰਨ ਅੰਬ ਤੋੜ ਕੇ ਖਾਈਏ ਹੈ ਤੋੜ ਕੇ ਲਿਆਈਏ ਖਾਣੇ ਨਹੀਂ ਹੈ ਤੋੜ ਕੇ ਲਈਏ ਫਿਰ ਕੱਲਾ ਕੱਲਾ ਛਕੀਏ ਕੱਲਾ ਕੱਲਾ ਫਿਰ ਬਾਅਦ ਚ ਖਾਣਾ ਪਹਿਲਾਂ ਲੈ ਕੇ ਆਉਣਾ ਯਾਨੀ ਕਿ ਤਿੰਨ ਅੰਬ ਨੇ ਤਿੰਨ ਜਾਣੇ ਹੋਣਗੇ ਹਾਂਜੀ 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 ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਕਮੈਂਟ ਕਰਕੇ ਦੱਸੋ ਜੀ ਜਲਦੀ ਜਲਦੀ ਜਿਹਨਾਂ ਨੂੰ ਜਵਾਬ ਦਾ ਪਤਾ ਕਿਤੇ ਭੈਣ ਜੀ ਜਵਾਬ ਦੇ ਦੇਣ ਪਹਿਲਾਂ ਚਲੋ ਮੈਂ ਇਹਨਾਂ ਸੋਚਦੀ ਹਾਂ ਸੋਚੋ ਸੋਚੋ ਮਤਲਬ ਵੀ ਵੀਡੀਓ ਨੂੰ ਲਾਈਕ ਕਰਦਿਆ ਕਰੋ ਜੀ ਜਲਦੀ ਜਲਦੀ ਨਾਲ ਸ਼ੇਅਰ ਕਰਦਿਆ ਕਰੋ ਕਿਉਂਕਿ ਤੁਹਾਡੇ ਹਰ ਇੱਕ ਲਾਈਕ ਤੇ ਸ਼ੇਅਰ ਦੇ ਨਾਲ ਸਾਡਾ ਹੌਸਲਾ ਵੱਧਦਾ ਜੀ ਮੈਂ ਦੱਸਾਂ ਜੀ ਦੱਸੋ ਅਸੀਂ ਮਾਮਾ ਧੀਆਂ ਯਾਨੀ ਕਿ ਮੈਂ ਤੇ ਮੇਰੀ ਮੰਮੀ ਵੈਲ ਬਿਲਕੁਲ ਹਨਾ ਤੇ ਤੁਸੀਂ ਮਾਮਾ ਧੀਆਂ ਯਾਨੀ ਕਿ ਮੇਰੀ ਮੰਮੀ ਤੇ ਮੇਰੀ ਮੰਮੀ ਦੀ ਮੰਮੀ ਯਾਨੀ ਕਿ ਮੇਰੀ ਨਾਨੀ ਅੱਛਾ ਠੀਕ ਚੱਲ ਰਹੀ ਹੈ ਜੀ ਮੈਂ ਨਹੀਂ ਨਹੀਂ ਅੱਗੇ ਅੱਗੇ ਮੈਨੂੰ ਇਸ ਹਿਸਾਬ ਨਹੀਂ ਲੱਗਦਾ ਮਤਲਬ ਮੈਂ ਮੰਮੀ ਨਾਨੀ ਮੈਨੂੰ ਇਹ ਗੱਲ ਦੱਸੋ ਜਦੋਂ ਮੈਂ ਕੋਈ ਤਿਆਰੀ ਤੁਰੀ ਕਰ ਰਿਹਾ ਹੁੰਦਾ ਤੁਸੀਂ ਕਿਤੇ ਮੈਂ ਮਤਲਬ ਕੋਈ ਮੇਰੇ ਮੋਬਾਈਲ 'ਚ ਕੀ ਤੁਸੀਂ ਮਤਲਬ ਹਿਡਨ ਕੈਮਰਾ ਲਾਇਆ ਹੋਇਆ ਕੀ ਲਾਇਆ ਹੋਇਆ ਤੁਹਾਨੂੰ ਪਤਾ ਲੱਗ ਜਾਂਦਾ ਕਿ ਮੈਂ ਕੀ ਤਿਆਰੀ ਕਰ ਰਿਹਾ ਮੈਨੂੰ ਪਤਾ ਮੈਂ ਤਾਂ ਆਪਣੇ ਵੱਲੋਂ ਪੂਰੀ ਮਿਹਨਤ ਔਖੀ ਸੀ ਕੋਈ ਔਖੀ ਜੀ ਲੈ ਕੇ ਆਵਾਂਗੇ ਸੀ ਮੈਂ ਤਾਂ ਇੰਨੀ ਔਖੀ ਲੈ ਕੇ ਆਇਆ ਮੈਂ ਸ਼ਾਮ ਨੂੰ ਜਦੋਂ ਮੋਬਾਈਲ ਲੈ ਕੇ ਬਹਿਣਿਆ ਨਾ ਮੈਂ ਪਹਿਲੀ ਦੇਖ ਲੈਣੀ ਆ ਵੀ ਬਾਜ਼ਾਰ ਅੱਛਾ ਪੱਕਾ ਇਹਦਾ ਮਤਲਬ ਚੋਰੀ ਕੀਤੀ ਜਾਂਦੀ ਹੈ ਲੈ ਬਈ ਸੌਖੀ ਸੀ ਨਾ ਜ਼ਿਆਦਾ ਔਖੀ ਨਹੀਂ ਸੀ ਬਿਲਕੁਲ ਸੌਖੀ ਆ ਜੀ ਅੱਛਾ ਕਿਉਂਕਿ ਅਸੀਂ ਵੀ ਲੇਕਿਨ ਮੈਨੂੰ ਨਹੀਂ ਜਵਾਬ ਆਇਆ ਮੈਂ ਸੋਚੀ ਗਿਆ ਮੈਂ ਕੀ ਚੀਜ਼ ਹੋ ਸਕਦੀ ਹੈ ਜਦ ਮੈਂ ਜਵਾਬ ਦੇਖਿਆ ਕਿਉਂਕਿ ਜਵਾਬ ਮੈਂ ਬਾਅਦ 'ਚ ਪੜ੍ਹਦਾ ਹੁੰਦਾ ਪਹਿਲੇ ਆਪਣਾ ਦਿਮਾਗ ਲਗਾਉਣਾ ਹੁੰਦਾ ਸੋ ਮੈਨੂੰ ਔਖੀ ਲੱਗੀ ਲੇਕਿਨ ਤੁਸੀਂ ਬੜੀ ਛੇਤੀ ਪੁੱਜ ਲਈ ਬਈ ਇਹਦਾ ਮਤਲਬ ਤੁਹਾਨੂੰ ਆਉਂਦੀ ਆ ਪਿੰਡਾਂ ਵਾਲੇ ਆ ਫਿਰ ਪਿੰਡਾਂ ਵਾਲੇ ਬਈ ਪਿੰਡਾਂ ਵਾਲੇ ਵੀ ਸ਼ਹਿਰੀ ਬੰਦੇ ਆ ਫਿਰ ਐਵੇਂ ਹੁੰਦਾ ਨਾ ਪਿੰਡਾਂ 'ਚ ਮਾਮਾ ਧੀਆਂ ਜ਼ਿਆਦਾ ਬੋਲਦੇ ਨੇ ਠੀਕ ਹੈ ਠੀਕ ਹੈ ਮਾਮਾ ਧੀਆਂ ਤੂੰ ਹੈ ਜੀ ਇਦਾਂ ਜੀ ਸੋ ਜਿਹੜੇ ਵੀਰ ਭੈਣ ਇਹ ਕਮੈਂਟ ਕਰਕੇ ਪੁੱਛਦੇ ਨੇ ਇੱਕ ਦੋ ਹੀ ਆਏ ਸੀਗੇ ਕਿ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਹਾਂ ਵੀਰੇ ਮੈਨੂੰ ਪੰਜਾਬੀ ਬਹੁਤ ਘੱਟ ਆਉਂਦੀ ਹੁਣ ਤਾਂ ਸਿੱਖ ਗਿਆ ਕਿਉਂਕਿ ਮੇਰੀ ਜਿਹੜੀ ਸਟੱਡੀ ਹੈ ਉਹ ਹਿੰਦੀ ਦੇ ਵਿੱਚ ਹੋਈ ਹੈ ਪਹਿਲੇ ਵੀ ਕਈ ਵਾਰ ਦੱਸ ਚੁੱਕਿਆ ਦਿੱਲੀ ਦੇ ਵਿੱਚ ਮੇਰੀ ਸਟੱਡੀ ਹੋਈ ਹੈ ਹਿੰਦੀ ਦੀ ਇਸੇ ਮੈਨੂੰ ਪੰਜਾਬੀ ਬਹੁਤ ਘੱਟ ਆਉਂਦੀ ਹੈ ਹੁਣ ਮੈਨੂੰ ਬਹੁਤ ਜ਼ਿਆਦਾ ਪੰਜਾਬੀ ਆਉਣ ਲੱਗ ਗਈ ਪਹਿਲੇ ਨਾਲ ਬਹੁਤ ਫਰਕ ਪੈ ਗਿਆ ਖਾਸ ਕਰ ਭੈਣ ਜੀ ਨਾਲ ਮਿਲ ਕੇ ਕਿਉਂਕਿ ਇਹ ਗੂੜ ਪੰਜਾਬੀ ਬੋਲਦੇ ਨੇ ਹਾਲਾਂਕਿ ਮੈਂ ਇਹਨਾਂ ਨੂੰ ਹਿੰਦੀ ਬੋਲਣਾ ਸਿਖਾ ਤਾ ਸੋ ਭੈਣ ਜੀ ਹੋਰ ਕੋਈ ਪਹੇਲੀ ਹੈ ਹਾਂਜੀ ਪਹਿਲਾਂ ਤੁਸੀਂ ਦੱਸ ਪੁੱਛੋ ਜੀ ਕੋਈ ਹੈਗੀ ਕੋਈ ਜੀ ਬਸ ਤਾਂ ਮੈਂ ਆਪਣੇ ਵੱਲੋਂ ਆਹੀ ਸੋਚਿਆ ਸੀ ਕਿ ਬੜੀ ਤਗੜੀ ਹੋਏਗੀ ਲੇਕਿਨ ਉਹ ਤੁਸੀਂ ਫੁੱਸ ਕਰਦੀ ਸਾਡੀ ਪਹੇਲੀ ਜਿਹੜੀ ਹੈ ਉਹ ਤੁਹਾਡੀ ਵਾਰੀ ਚਲੋ ਮੈਂ ਪਾਉਣੀ ਆ ਜੀ ਪੁੱਛੋ ਜੀ ਪੁੱਛੋ ਸੌਖੀ ਪਾਇਓ ਭਾਈ ਬਿਲਕੁਲ ਸੌਖੀ ਪਾਉਂਗੀ ਜੀ ਚੱਕ ਦੋ ਫੱਟੇ ਧੁੱਪ ਦੇਖ ਪੈਦਾ ਹੋਇਆ ਠੀਕ ਹੈ ਸਾਹ ਦੇਖ ਮੁਰਝਾ
ਹਾਂ ਵੈਸੇ ਹੁੰਦਾ ਤਾਂ ਐਵੇਂ ਆ ਪਰ ਸੂਰਜਮੁਖੀ ਦਾ ਫੁੱਲ ਮੇਰੇ ਹਿਸਾਬ ਨਾਲ ਤਾਂ ਨਹੀਂ ਨਹੀਂ ਹਾਂ ਹੈਗਾ ਤਾਂ ਐਵੇਂ ਆ ਸੂਰਜਮੁਖੀ ਦਾ ਫੁੱਲ ਵੀ ਹੋ ਸਕਦਾ ਕੁਝ ਹੋਰ ਵੀ ਧੁੱਪ ਦੇਖ ਪੈਦਾ ਹੋਇਆ ਸਾਂ ਦੇਖ ਮੁੱਝ ਆ ਗਿਆ ਕਮੈਂਟ ਕਰਕੇ ਦੱਸੋ ਜੀ ਕੀ ਹੈ ਇਸ ਬੁਝਾਰ ਦਾ ਜਵਾਬ ਮੈਨੂੰ ਤਾਂ ਸੂਰਜਮੁਖੀ ਦਾ ਫੁੱਲ ਲੱਗਦਾ ਕਿਉਂਕਿ ਸੂਰਜਮੁਖੀ ਦਾ ਫੁੱਲ ਜੇ ਆਪਾਂ ਸੁਣਦੇ ਨਹੀਂ ਕਿ ਜਿਸ ਦੇ ਸੂਰਜ ਹੁੰਦਾ ਉੱਥੇ ਉੱਥੇ ਘੁੰਮ ਜਾਂਦਾ ਹੈ ਨਾ ਠੀਕ ਹੈ ਸੋ ਬਾਕੀ ਇਹ ਨਹੀਂ ਹੈ ਜਵਾਬ ਨਹੀਂ ਇਹ ਨਹੀਂ ਹੈਗਾ ਸੂਰਜਮੁਖੀ ਦਾ ਫੁੱਲ ਨਹੀਂ ਹੈ ਧੁੱਪ ਦੇਖ ਪੈਦਾ ਹੋਇਆ ਛਾਂ ਦੇਖ ਮੁਰਝਾ ਗਿਆ ਪਰਛਾਈ ਧੁੱਪ ਦੇ ਵਿੱਚ ਪੈਦਾ ਹੁੰਦੀ ਹੈ ਜਦੋਂ ਚੱਲਦੇ ਹਾਂ ਆਪਾਂ ਤੇ ਛਾਂ 'ਚ ਗਾਇਬ ਹੋ ਜਾਂਦੀ ਹੈ ਨਹੀਂ ਇਹ ਵੀ ਨਹੀਂ ਹੈਗਾ ਲੈ ਕਮਾਲ ਦੇਖੋ ਮੈਂ ਦੋ ਹਿੰਟ ਦਿੱਤੇ ਨੇ ਦੋਨੋਂ ਫੇਲ ਕਰ ਦਿੱਤੇ ਧੱਕਾ ਹੋਰ ਵੀ ਸੋਚੋ ਕੁਛ ਥੋੜ੍ਹਾ ਜਿਹਾ ਹੋਰ ਜੋ ਧੁੱਪ ਦੇਖ ਪੈਦਾ ਹੋਇਆ ਛਾਂ 'ਚ ਧੁੱਪ 'ਚ ਹੋਰ ਕੀ ਨਿਕਲਦਾ ਨਿਕਲਦਾ ਪਸੀਨਾ ਨਿਕਲਦਾ ਧੁੱਪ ਪਸੀਨਾ ਹਾਂਜੀ ਬਿਲਕੁਲ ਸਹੀ ਜਵਾਬ ਕਿਆ ਬਾਤ ਹੈ ਦੇਖ ਲਓ ਮੈਂ ਐਕਸਪਰਟ ਹੋ ਗਿਆ ਜੀ ਐ ਨਹੀਂ ਹੈਗਾ ਹੁਣ ਮੈਂ ਕੀ ਹਾਰ ਜਾਵਾਂਗਾ ਪਸੀਨਾ ਦੇਖ ਲਓ ਜੀ ਬਿਲਕੁਲ ਸਹੀ ਜਵਾਬ ਪਸੀਨਾ ਜੀ ਬਿਲਕੁਲ ਸਹੀ ਜਵਾਬ ਹੈ ਸੋ ਹੋਰ ਕੁਛ ਹੈ ਪਹਿਲੀ ਬਿਲਕੁਲ ਅੱਜ ਦੀ ਵੀਡੀਓ 'ਚ ਇੰਨਾ ਹੀ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਲੇਕਿਨ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਬਹੁਤ ਹੀ ਜਲਦੀ ਅਸੀਂ ਕਰਨ ਜਾ ਰਹੇ ਹਾਂ ਮੀਟਅਪ ਕਰਨ ਜਾ ਰਹੇ ਹਾਂ ਤੁਹਾਡੇ ਪਿੰਡ ਪਹੁੰਚਾਂਗੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਪਹੁੰਚਾਂਗੇ ਤੁਹਾਡੇ ਘਰ ਆਵਾਂਗੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਹਾਡੇ ਕੋਲੋਂ ਜੋ ਬੁਝਾਰਤਾਂ ਨੇ ਉਹ ਵੀ ਜਾਣਾਂਗੇ ਤੁਹਾਡੇ ਨਾਲ ਹਾਸਾ ਖੇਡਾ ਵੀ ਕਰਾਂਗੇ ਤੁਹਾਡੇ ਕੋਲੋਂ ਇਨਫੋਰਮੇਸ਼ਨ ਵੀ ਲਿਆਂਗੇ ਹੋ ਸਕਦਾ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੋਵੇ ਜੋ ਕਿ ਲੋਕ ਭਲਾਈ ਦੇ ਕੰਮ ਆਵੇ ਜਾਂ ਕਿਸੇ ਦੇ ਕੰਮ ਆਵੇ ਜਾਂ ਕੋਈ ਇਹੋ ਜਿਹਾ ਹਿਸਟਰੀ ਤੁਹਾਡੇ ਕੋਲ ਹੋਵੇ ਜੋ ਅਜੇ ਤੱਕ ਕਿਸੇ ਦੇ ਸਾਹਮਣੇ ਨਾ ਆਈ ਹੈ ਨਹੀਂ ਆਈ ਹੋਵੇ ਤਾਂ ਅਸੀਂ ਤੁਹਾਡੇ ਕੋਲ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਤੁਸੀਂ ਜੁੜੇ ਰਹੋ ਲਗਾਤਾਰ ਹੀ ਇਨਫੋ ਸਿੰਘ ਚੈਨਲ ਜਾਂ ਇਨਫੋ ਕੋਰ ਜਿਹੜਾ ਫੇਸਬੁੱਕ ਪੇਜ ਹੈ ਉਹਦੇ ਮਾਧਿਅਮ ਦੇ ਰਾਹੀਂ ਬਹੁਤ ਹੀ ਜਲਦ ਅਸੀਂ ਵੱਖ ਵੱਖ ਪਿੰਡਾਂ ਵਿੱਚ ਪਹੁੰਚ ਕੇ ਤੁਹਾਡੇ ਨਾਲ ਰਾਬਤਾ ਕਰਾਂਗੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਸੋ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ